ਪ੍ਰਾਚੀਨ ਜ਼ਮਾਨੇ ਦੀਆਂ ਗੱਲਾਂ ਹੀ ਲੱਗਦੀਆਂ ਨੇ ਅੱਜ ਤਾਂ ਇਹਨੂੰ ਹੰਸਲੀ ਕਹਿੰਦੇ ਨੇ ਸ਼ੇਰ ਇਹਨੂੰ ਹੰਸਲੀ ਕਹਿੰਦੇ ਆ ਜੀ ਇਹ ਜਾਣੀ ਆਪਣੇ ਪੁਰਾਣੇ ਰੀਤੀ ਰਿਵਾਜ਼ਾਂ ਦੇ ਮੁਤਾਬਕ ਜਦ ਬੱਚਿਆ ਮਤਲਬ ਦਾਦਾ ਇਹ ਪਹਿਲਾਂ ਗੱਲ ਦੀ ਸਿੱਧੀ ਕੈਂਠਾ ਟਾਈਪ ਜਿਹਾ ਬਣਾ ਲੈਂਦੇ ਆ ਜੀ ਤੇ ਉਸ ਤੋਂ ਬਾਅਦ ਹਰ ਸਾਲ ਇਹਦੇ ਉੱਤੇ ਇੱਕ ਬਲਬ ਲਾਉਂਦੇ ਚਲੇ ਜਾਂਦੇ ਨੇ ਜਿਵੇਂ 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 ਤੁਸੀਂ ਅੱਜ ਇੱਕ ਬਲਬ ਪਵਾਇਆ ਜਾਂ ਫਿਰ ਜਦ ਮੈਰਿਜ ਦੇ ਟਾਈਮ ਤੇ ਜਾ ਕੇ ਇੱਕ ਤਾਂ ਉਹਦੇ ਵੈਸੇ ਕੀਤੀ ਹੋ ਜਾਂਦੀ ਹੈ ਵੀ ਇੰਨੇ ਸਾਲ ਦਾ ਹੋ ਗਿਆ ਇਹ ਬੱਚਾ ਅੱਛਾ ਜੀ ਤੇ ਉਸ ਤੋਂ ਬਾਅਦ ਜੇ ਤੜਾਉਣਾ ਚਾਹੇ ਗਹਿਣਾ ਆਪਣਾ ਤੜਾ ਇਹ ਹੁਣ ਕਿਹਦੀ ਨਿਸ਼ਾਨੀ ਹੈ ਤੁਹਾਡੇ ਜਨਮ ਦੇ ਟਾਈਮ ਤੋਂ ਹੈ ਨਹੀਂ ਇਹ ਮੇਰੇ ਬੇਟੇ ਦੀ ਹੈ ਜੀ ਬੇਟੇ ਦੀ ਹੈ ਤੇ ਬੇਟਾ ਕਿੰਨੇ ਕੁ ਸਾਲ ਦਾ ਹੋ ਗਿਆ ਹੁਣ ਅੰਦਾਜ਼ਾ ਜਿਹਨੇ ਬਲ ਪੈ ਗਏ ਜੀ 25-26 ਸਾਲ ਦਾ ਹੋ ਗਿਆ ਹੋਵੇਗਾ ਜੀ ਗਿਣਤੀ ਕਰ ਲੈਣੀ ਹੈ ਜਦੋਂ ਗਿਣਤੀ ਤਾਂ ਜ਼ਿਆਦਾ ਲੱਗ ਰਹੀ ਹੈ ਇਸ ਤੋਂ ਨਹੀਂ ਉਹਨੇ ਹੀ ਹੈ ਜੀ ਜਿਹਨੇ ਤੁਹਾਨੂੰ ਕੋਈ ਕਿਤਾਬ ਨੇ ਕਹੀ ਹੈ ਬਲ ਪਾ ਦਿੰਦੇ ਨਾ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੋ ਦਰਸ਼ਕ ਦੇਖ ਰਹੇ ਨੇ ਅੱਜ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਸੋ ਉਸ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਨੂੰ 20 ਸਾਲ ਪਹਿਲਾਂ ਸਾਡੇ ਕੋਲ ਇੱਕ ਆਇਆ ਕੋਈ ਕਲੈਕਟਰ ਸੀਗਾ ਉਹ ਮੇਰੇ ਕੋਲ ਕਹਿੰਦਾ ਵੀ ਕੋਈ ਪੁਰਾਣੇ ਸਿੱਕੇ ਦਿਖਾਓ
ਮੈਂ ਉਹਨੂੰ ਮੇਰੇ ਕੋਲ ਪੈਸੇ ਸੀ ਮੈਂ ਦਿਖਾਏ, ਫਿਰ ਉਹਨੂੰ ਮੈਂ ਕਿਹਾ ਵੀ ਤੁਸੀਂ ਇਹ ਕੀ ਕਰਦੇ ਹੋ? ਉਹ ਕਹਿੰਦਾ ਜੀ ਅਸੀਂ ਐਗਜੀਬਿਸ਼ਨਾਂ 'ਤੇ ਜਾਂਦੇ ਹਾਂ, ਐਗਜੀਬਿਸ਼ਨਾਂ 'ਤੇ ਜਾ ਕੇ ਵੇਚਦੇ ਹਾਂ, ਵੱਧ ਰੇਟ 'ਤੇ ਵੀ ਵਿਕਦੇ ਨੇ, ਕਈ ਵਾਰ ਆਪਾਂ ਨੂੰ ਨਹੀਂ ਪਤਾ ਵੀ ਇਹ ਸਿੱਕਾ 100 ਰੁਪਏ ਦਾ ਹੁੰਦਾ 1000 ਰੁਪਏ ਦਾ। ਕਹਿੰਦਾ ਫਿਰ ਉਹ ਮੈਨੂੰ ਸ਼ੌਂਕ ਜਾਗਿਆ, ਮੈਂ ਵੀ ਤੁਸੀਂ ਦੱਸੋ ਕਿੱਥੇ ਐਗਜੀਬਿਸ਼ਨ ਲੱਗਦੀ ਹੈ। ਫਿਰ ਉਹਨੂੰ ਦੱਸਿਆ ਸਾਡੀ ਲੁਧਿਆਣੇ ਵੀ ਲੱਗਦੀ ਆ, ਦਿੱਲੀ, ਕਲਕੱਤਾ, ਬੰਬਈ, ਮਦਰਾਸ, ਸਾਰੇ ਅਸੀਂ ਹੁਣ ਜਾਂਦੇ ਹਾਂ ਜਿੱਥੇ ਐਗਜੀਬਿਸ਼ਨਾਂ ਲੱਗਦੀਆਂ ਸਾਡੀਆਂ ਵੱਡੀਆਂ। ਉੱਥੋਂ ਅਸੀਂ ਕੋਈ ਸਾਨੂੰ ਚੀਜ਼ ਚੰਗੀ ਲੱਗਦੀ ਆ, ਸਾਡੀ ਰੇਂਜ 'ਚ ਹੁੰਦੀ ਆ, ਅਸੀਂ ਉਹ ਖਰੀਦ ਕੇ ਲਿਆਉਂਦੇ ਹਾਂ, ਉਹ ਆਪਣੀ ਸਾਂਭ ਸੰਭਾਲ ਰੱਖਦੇ ਹਾਂ, ਆਉਣ ਵਾਲੇ ਬੱਚਿਆਂ ਨੂੰ ਦਿਖਾਉਣ ਵਾਸਤੇ ਰੱਖਦੇ ਹਾਂ ਵੀ ਆਪਣਾ ਪੁਰਾਣੀ ਸੰਸਕ੍ਰਿਤੀ, ਆਪਣੀ ਇਹ ਜਿਹੜੀ ਸੱਭਿਅਤਾ ਕਿਸ ਤਰ੍ਹਾਂ ਦੀ ਸੀ। ਜਾਂ ਕਈ ਸਿੱਕੇ ਇਸ ਤਰ੍ਹਾਂ ਦੇ ਨੇ ਜਿਹੜੇ ਅੱਜ ਤੋਂ ਕਈ 100 ਸਾਲ ਪਹਿਲਾਂ ਸੀਗੇ, ਉਹ ਤੋਂ ਆਪਣੀ ਇਕੋਨਮੀ ਜਿਵੇਂ ਸੀਗੀ ਦੁਨੀਆ ਦੀ ਉਹ ਕਿਹੋ ਜਿਹੀ ਸੀ, ਕਿਵੇਂ ਰਾਜੇ ਮਹਾਰਾਜੇ ਆਪਣਾ ਲੈਣ ਦੇਣ ਕਰਦੇ ਸੀਗੇ। ਕਈ ਇੰਨੇ ਕੀਮਤੀ ਸਿੱਕੇ ਨੇ ਕਿ ਉਹਨਾਂ ਨੂੰ ਪਤਾ ਲੱਗਦਾ ਸੀਗਾ ਬਈ ਹਾਂ ਬਈ ਉਸ ਟਾਈਮ ਕਿੰਨਾ ਖੁਸ਼ਹਾਲ ਸੀ ਆਪਣਾ ਦੇਸ਼। ਜਿਸ ਤਰ੍ਹਾਂ ਹੁਣ ਸੋਨੇ ਦੀ ਚਿੜੀਆ ਕਹਿੰਦੇ ਵੀ ਅਕਬਰ ਦੇ ਟਾਈਮ ਤੋਂ ਕਹਿਣ ਲੱਗੇ ਲੋਕ ਵੀ ਅਕਬਰ ਨੇ ਕਿਹਾ ਆਪਣੇ ਮੁਲਾਜ਼ਮਾਂ ਨੂੰ ਵੀ ਤੁਸੀਂ ਐਂ ਦੱਸੋ ਵੀ ਆਪਣੇ ਖਜ਼ਾਨੇ 'ਚ ਕੀ ਆ, ਤਾਂ ਖਜ਼ਾਨਾ ਉਹਨਾਂ ਨੇ ਇੱਕ ਮਹੀਨਾ ਕਹਿੰਦੇ ਗਿਣ ਕੇ ਦੱਸਿਆ ਬਾਅਦ 'ਚ ਬਈ ਆਪਣੇ ਕੋਲ ਤਾਂ ਇੰਨਾ ਖਜ਼ਾਨਾ ਪਿਆ, ਇੰਨਾ ਸੋਨਾ ਚਾਂਦੀ ਪਿਆ, ਅਜੇ ਗਿਣੇ ਨਹੀਂ ਹੋ ਰਿਹਾ। ਫਿਰ ਉਹ ਅਕਬਰ ਨੇ ਕਿਹਾ ਵੀ ਆਪਣਾ ਦੇਸ਼ ਸੋਨੇ ਦੀ ਚਿੜੀਆ। ਫਿਰ ਸ਼ਾਇਦ ਅੰਗਰੇਜ਼ਾਂ ਨੂੰ ਇਸ ਗੱਲ ਦੀ ਭਣਕ ਲੱਗੀ ਵੀ ਸੋਨੇ ਦੀ ਚਿੜੀਆ ਹਿੰਦੁਸਤਾਨ ਆ, ਉਹਨਾਂ ਨੇ ਇੱਧਰ ਆ ਕੇ ਪੈਰ ਪਸਾਰਨੇ ਸ਼ੁਰੂ ਕਰਤੇ। ਬਸ ਫਿਰ ਹੌਲੀ ਹੌਲੀ ਕੁਛ ਉਹ ਆਪਣਾ ਕੀਮਤੀ ਸਮਾਨ ਹਿੰਦੁਸਤਾਨ 'ਚੋਂ ਲੈ ਗਏ। ਸੋ ਆਪਣੇ ਕੋਲ ਇਸ ਟਾਈਮ ਦੇਖ ਰਹੇ ਹਾਂ ਕਿ ਦੀਵਾਲੀ ਦੀ ਬਹੁਤ ਵੈਰਾਈਟੀ ਹੈ, ਦੀਵਾਲੀ ਦਾ ਕੀ ਕੀ ਉਪਲਬਧ ਹੈ ਆਪਣੇ ਕੋਲ ਚਾਂਦੀ ਦੇ ਵਿੱਚ? ਚਾਂਦੀ ਦੇ ਵਿੱਚ ਹੀ ਅਸੀਂ ਸਾਡੇ ਕੋਲ 100% ਦੇ ਸਿੱਕੇ ਆ ਜਿਹੜੇ ਪੂਜਾ ਲਾਇਕ ਨੇ, ਲਕਸ਼ਮੀ ਗਣੇਸ਼ ਜੀ, ਹੋਰ ਵੀ ਗੁਰੂ ਨਾਨਕ ਦੇਵ ਜੀ ਦੀ, ਉਹਨਾਂ ਦੇ ਕ੍ਰਿਸ਼ਨ ਜੀ ਦੇ ਨੇ, ਕਈ ਨੇ। ਬਾਕੀ ਸਾਡੇ ਕੋਲ ਸੋਨੇ ਦੀਆਂ ਇਹ 24 ਕੈਰਟ ਗੋਲਡ ਦੀਆਂ ਮੂਰਤੀਆਂ ਨੇ, ਕਿਸੇ ਨੂੰ ਗਿਫਟ ਦੇਣੀਆਂ, ਕਿਸੇ ਬੱਚੇ ਨੂੰ ਆਪਾਂ ਗਿਫਟ ਦੇਣੀ ਆ, 2-2.5 ਹਜ਼ਾਰ ਦੀ ਜਾਂ 3 ਹਜ਼ਾਰ ਦੀ ਇਸ ਤਰ੍ਹਾਂ ਰੇਂਜ ਦੀ ਆ। ਕਈ ਵਾਰ ਆਪਾਂ ਕੋਈ ਹੋਰ ਸਮਾਨ ਬਾਜ਼ਾਰ ਦਾ ਲੈ ਦਿੰਦੇ ਹਾਂ, ਕੋਈ ਸੂਟ ਲੈ ਦਿੰਦੇ ਹਾਂ, ਉਹ ਅਗਲਾ ਵਰਤ ਕੇ ਛੱਡ ਦਿੰਦਾ। ਆਪਾਂ ਦੀਵਾਲੀ ਤੋਂ 1-2 ਦਿਨ ਪਹਿਲਾਂ ਉਹ ਮਨਾਉਂਦੇ ਆ ਆਪਣਾ ਧਨਤੇਰਸ ਹੁੰਦਾ ਜੀ, ਹਾਂਜੀ ਉਸ ਨੂੰ ਬਰਤਨ ਖਰੀਦਣ ਦਾ ਸ਼ੌਕ ਹੁੰਦਾ, ਬਰਤਨ ਹਾਂਜੀ, ਕੋਈ ਚਾਂਦੀ ਦੇ ਬਰਤਨ ਵੀ ਹੁੰਦੇ ਜੀ ਆਪਣੇ ਕੋਲ? ਚਾਂਦੀ ਦੇ ਬਰਤਨ ਵੀ ਹੁੰਦੇ ਆ, ਕੀ ਉਪਲਬਧ ਹੋਊਗਾ ਜੀ ਆਪਣੇ ਕੋਲ? ਉਹ ਚ ਕੌਲੀਆਂ, ਗਲਾਸ, ਇਸ ਤਰ੍ਹਾਂ ਗੜਵੀ, ਹਾਂ ਇਹ ਹਟੜੀ ਵੀ ਲੈ ਕੇ ਜਾਂਦੇ ਨੇ ਉਸ ਦਿਨ। ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ, ਪਰਮਾਤਮਾ ਕਰੇ ਆਪਣਾ ਦੇਸ਼ ਬਹੁਤ ਤਰੱਕੀ 'ਤੇ ਜਾਵੇ, ਸਾਰੇ ਖੁਸ਼ ਰਹਿਣ। ਹਾਂਜੀ ਸਰ, ਇੱਕ ਮੈਂ ਚਾਹਾਂਗਾ ਕਿ ਜਿਹੜੇ ਦਰਸ਼ਕ ਤੁਹਾਨੂੰ ਸਾਡੇ ਲਾਈਵ ਦੇਖ ਰਹੇ ਨੇ, ਹਾਂਜੀ, ਉਹਨਾਂ ਵਾਸਤੇ ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਤਾਂ ਜੋ ਤੁਹਾਨੂੂੰ ਕਿਸੇ ਚੀਜ਼ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨੂੰ ਆਸਾਨੀ ਨਾਲ ਉਪਲਬਧ ਹੋ ਜਾਵੇ। ਹਾਂਜੀ, ਮੇਰਾ ਮੋਬਾਈਲ ਨੰਬਰ ਹੈ ਜੀ 9888948423। ਇੱਕ ਵਾਰ ਸਰ ਇਸ ਨੂੰ ਪੰਜਾਬੀ 'ਚ ਵੀ ਰਿਪੀਟ ਕਰ ਦਿਓ। ਹਾਂਜੀ, 98 8 99 48 400 23।